सब तो वड्डा रीजन जिहड़ा सी ना जी इत्थे घर बनाउण दा जां इह लोकेशन नूं जिहड़ा है ना सिलेक्ट करन दा वड्डा सवाल जिहड़ा ना इह आ कि भाई तुसीं सब तो पहला घर बनाया आया तुहानूं टाउन वालिआं दी कोई ऑफर होई आ या तुसीं किस रीजन ते इत्थे घर बनाया। मिश्रा फैमिली ब्लॉग्स और सफदर फैमिली ब्लॉग्स को लाजमन सब्सक्राइब कीजिए। बिस्मिल्लाहिर्रहमानिर्रहीम, अस्सलाम वालेकुम, परवरदिगार दी रहमतां बरकतां ते निमतां दे नाल अज दी वीडियो दा आगाज़ करने आ जी। सब तों पहलां इक मेरी आपी है, बड़े दिनां तों उहनां दा मैसेज जिहड़ा आंदा ते मैनूं हर वारी जिहा भुल जांदा है। उह पुछदे ने कि तुहाडी टैंकी पाणी वाली जिहड़ी है ना उह किथे है। इह वाशरूम तुहानूं नज़र आ रहा, इस वाशरूम दी छत ते पई होई है। मैं तुहानूं उत्ते चढ़ के ना विखा दिंदा। और दूसरा इक साडी आपी ने सवाल कीता सी कि तुहाडा जिहड़ा सिंक दा पाणी है ना ਉਹ ਕਿਧਰੋਂ ਦੀ ਆਉਂਦਾ ਪਿਆ ਜੀ। ਪਿੱਛੇ ਤੁਹਾਨੂੰ ਵਾਸ਼ਰੂਮ ਵਿਖਾਇਆ, ਉੱਤੇ ਟੈਂਕੀ ਲੱਗੀ, ਉਧਰੋਂ ਪਾਣੀ ਦੀਵਾਰਾਂ ਦੇ ਅੰਦਰ ਜਿਹੜੀ ਹੈ ਨਾ ਵਹਿਰੇਂਗੇ ਅੰਡਰਗਰਾਊਂਡ। ਔਰ ਇੱਥੇ ਪਹਿਲੇ ਪੁਆਇੰਟ ਲੱਗੇ ਹੋਏ ਸੀ ਮੇਰੇ ਪਾਣੀ ਵਾਲੇ ਨਾ ਇਸ ਜਗ੍ਹਾ ਤੇ, ਕਿਉਂਕਿ ਪਹਿਲੇ ਮੇਰਾ ਇਰਾਦਾ ਸੀ ਕਿ ਇੱਥੇ ਮੈਂ ਸਿੰਕ ਬਣਵਾਉਣਾ ਤੇ ਉਹ ਇੱਥੇ ਪੁਆਇੰਟ ਲਿਆ ਸੀ। ਫਿਰ ਸਿੰਕ ਮੈਂ ਜਿਹੜਾ ਨਾ ਇੱਧਰ ਥੋੜ੍ਹਾ ਜਿਹਾ ਟਰਨ ਕਰਕੇ ਇੱਧਰ ਲੈ ਆਉਂਦਾ ਤੇ ਉਹ ਫਿਰ ਇੱਥੋਂ ਪੈਪ ਦੁਬਾਰਾ ਕਨੈਕਸ਼ਨ ਕਰਵਾ ਕੇ ਨਾ ਤੇ ਇਸ ਤਰ੍ਹਾਂ ਦੀਵਾਰ ਦੇ ਅੰਦਰ ਦੋ ਪੈਪ ਜਿਹੜੇ ਨਾ ਠੰਡਾ ਔਰ ਗਰਮ ਦੋਵੇਂ ਪੈਪ ਲਿਆ ਕੇ ਤੇ ਇੱਥੋਂ ਇਸ ਤਰ੍ਹਾਂ ਉੱਤੇ ਲਿਜਾ ਕੇ ਨਾ ਤੇ ਇਹ ਦੋਵੇਂ ਪੁਆਇੰਟ ਜਿਹੜੇ ਨਾ ਉਹ ਲੱਗ ਗਏ ਨੇ। ਫਿਲਹਾਲ ਇਹਦੇ ਵਿੱਚ ਜਿਹੜਾ ਹੈ ਨਾ ਜੀ ਪਹਿਲਾਂ ਪਾਣੀ ਨਹੀਂ ਹੈ, ਪਿੱਛੇ ਗੀਜ਼ਰ ਗੁਣ ਲੱਗਾ, ਇਸ ਵਜ੍ਹਾ ਤੋਂ ਇਹ ਵਾਲੇ ਪੁਆਇੰਟ ਜਿਹੜਾ ਨਾ ਇਹ ਗਰਮ ਵਾਲਾ ਇਹ ਬੰਦ ਹੈ, ਔਰ ਇਹ ਵਾਲਾ ਹੈ ਜੀ ਠੰਡਾ, ਔਰ ਠੰਡਾ ਪਾਣੀ ਜਿਹੜਾ ਨਾ ਉਹ ਆ ਰਿਹਾ। ਜਦੋਂ ਗੀਜ਼ਰ ਲੱਗ ਜਾਏਗਾ ਉਦੋਂ ਇਹਦੇ ਵਿੱਚ ਜਿਹੜਾ ਨਾ ਗਰਮ ਪਾਣੀ ਆਉਣ ਲੱਗ ਪਏਗਾ। ਔਰ ਗੀਜ਼ਰ ਦੇ ਮੇਰੇ ਕੋਲ ਦੋ ਆਪਸ਼ਨ ਨੇ, ਮੇਰਾ ਓਪਨ ਏਰੀਆ ਹੋਣਾ ਇਹਦੀ ਛੱਤ ਦੇ ਉਧਰੋਂ ਜਿਹੜਾ ਨਾ ਥੋੜ੍ਹਾ ਜਿਹਾ ਹਵਾ ਵਾਸਤੇ ਉਧਰੋਂ ਮੈਂ ਖਾਲੀ ਰੱਖਣਾ। ਇਸ ਵਜ੍ਹਾ ਤੋਂ ਮੇਰਾ ਜਿਹੜਾ ਨਾ ਪ੍ਰੋਗਰਾਮ ਬਣਿਆ ਖਲਿਆ ਕਿ ਗੀਜ਼ਰ ਜਿਹੜਾ ਨਾ ਮੈਂ ਇੱਥੇ ਵੀ ਲਵਾ ਸਕਦਾ ਵਾਂ, ਔਰ ਗੀਜ਼ਰ ਮੇਰਾ ਉੱਧਰ ਵੀ ਜਿਹੜੀ ਨਾ ਮੈਂ ਪੁਆਇੰਟ ਬਣਵਾਇਆ ਤੁਹਾਨੂੰ ਮੈਂ ਵਿਖਾਉਣਾ। ਇਹ ਵਾਲੇ ਜਿਹੜਾ ਨਾ ਜੀ ਗੀਜ਼ਰ ਦਾ ਪੁਆਇੰਟ ਮੈਂ ਦਿੱਤਾ ਹੋਇਆ ਸੀ ਅਤੇ ਇੱਥੇ ਗੀਜ਼ਰ ਜਿਹੜਾ ਨਾ ਮੇਰਾ ਲੱਗਣਾ ਸੀ। ਇਹ ਮੇਰੀ ਵੈਂਟੀਲੇਸ਼ਨ ਹੈ, ਉੱਤੋਂ ਵੈਸੇ ਮੈਂ ਥੋੜ੍ਹਾ ਜਿਹਾ ਉਹਨੂੰ ਸਿਸਟਮ ਕੀਤਾ ਹੋਇਆ ਕਿਉਂਕਿ ਹਾਲੇ ਸਰਦੀਆਂ ਹਨ ਨਾ ਤਾਂ ਇਹਦੀ ਵਜ੍ਹਾ ਤੋਂ ਮਤਲਬ ਫੁੱਲ ਹਵਾ ਦੀ ਜ਼ਰੂਰਤ ਨਹੀਂ ਆਈ। ਇਹ ਵਾਲਾ ਪੈਪ ਜਿਹੜਾ ਉੱਤੋਂ ਆਉਂਦਾ ਪਿਆ ਨਾ ਜੀ ਉਹ ਤੁਹਾਨੂੰ ਉੱਤੇ ਟੈਂਕੀ ਨਜ਼ਰ ਆਉਂਦੀ ਪਈ, ਉਹਨੂੰ ਮੈਂ ਮਜ਼ੀਦ ਚੜ੍ਹ ਕੇ ਵੀ ਵਿਖਾਉਣਾ। ਇਹ ਵਾਲਾ ਪੈਪ ਜਿਹੜਾ ਨਾ ਓਵਰਫਲੋ ਜਿਹੜੀ ਟੈਂਕੀ ਦਾ ਪਾਣੀ ਹੁੰਦਾ ਨਾ ਉਹ ਫਿਰ ਮੈਂ ਥੱਲੇ ਪੈਪ ਲਿਆ ਕੇ ਨਾ ਅਤੇ ਵਾਸ਼ਰੂਮ ਮੈਂ ਛੱਡਿਆ ਕਿਉਂਕਿ ਮੈਂ ਇੱਧਰ ਲਿਆਵਾਂ ਵੈਂਟੀਲੇਸ਼ਨ 'ਚ, ਇੱਧਰ ਫਿਰ ਸਾਰਾ ਜਿਹੜਾ ਨਾ ਚਿੱਕੜ ਹੋ ਜਾਂਦਾ ਸੀ। ਅਗਰ ਬਾਹਰ ਰੱਖਦਾ ਸੀ ਤਾਂ ਉੱਤੇ ਛੱਤ ਦੇ ਪਰ ਨਾਲੇ ਲੂਹ ਕੇ ਅਤੇ ਬਾਹਰ ਡਿੱਗਦਾ ਸੀ, ਅਤੇ ਮੈਂ ਕਿਹਾ ਵੀ ਉਹਦੇ ਬਜਾਏ ਜਿਹੜਾ ਨਾ ਪੈਪ ਪਾ ਕੇ ਦੇ ਵਿੱਚ ਛੱਡ ਦਿੰਦੇ ਹਾਂ ਤਾਂ ਕਿ ਜਿਹੜਾ ਨਾ ਇਹ ਇੱਧਰ ਵਾਸ਼ਰੂਮ ਦੇ ਅੰਦਰ ਜਿਹੜਾ ਨਾ ਉਹ ਪਾਣੀ ਆਉਂਦਾ ਰਹੇ ਜੀ। ਅਤੇ ਮੈਂ ਉੱਤੇ ਆ ਗਿਆ, ਇਹ ਵਾਲੀ ਮੇਰੀ ਪਾਣੀ ਵਾਲੀ ਟੈਂਕੀ ਪਈ ਹੈ ਜੀ, ਵਾਈਟ ਕਲਰ ਇਹਦਾ, ਔਰ ਇਹਦਾ ਕਨੈਕਸ਼ਨ ਜਿਹੜਾ ਹੈ ਨਾ ਉਹ ਸਾਰਾ ਅੰਡਰਗਰਾਊਂਡ ਹੈ ਪਾਣੀ ਦੀ ਵਾਇਰਿੰਗ। ਇਹ ਵਾਲੀ ਪਾਣੀ ਦੀ ਵਾਇਰਿੰਗ ਜਿਹੜੀ ਹੈ ਨਾ ਅੰਡਰਗਰਾਊਂਡ ਜਾਂਦੀ ਪਈ ਹੈ, ਇਹ ਓਵਰਫਲੋ ਲੱਗਾ ਹੋਇਆ ਜਿਹੜਾ ਟੈਂਕੀ ਜਦੋਂ ਬ੍ਰਿਜ ਜਾਵੇ ਅਤੇ ਉਸ ਟਾਈਮ ਫਿਰ ਜਿਹੜਾ ਹੈ ਨਾ ਇਹ ਪਾਣੀ ਥੱਲੇ ਵਾਸ਼ਰੂਮ ਵਿੱਚ ਜਾ ਕੇ ਗਿਰਦਾ। ਆਟੋ ਇਹਦੇ ਵਿੱਚ ਬਟਨ ਕੋਈ ਨਹੀਂ ਲਾਇਆ ਹੋਇਆ ਕਿ ਜਦੋਂ ਇਹ ਫੁੱਲ ਹੋ ਜਾਵੇ ਉਹ ਆਪੇ ਬੰਦ ਹੋ ਜਾਵੇ। ਮੈਨੂੰ ਉੱਤੇ ਚੜ੍ਹਦਿਆਂ ਨਾ ਸਾਹ ਚੜ੍ਹ ਗਿਆ ਕਿਉਂਕਿ ਸੀੜੀਆਂ ਹਾਲੇ ਤੀਕਰ ਬਣਵਾਈਆਂ ਕੋਈ ਨਾ ਅਤੇ ਜੁਗਾੜ ਨਾਲ ਉੱਤੇ ਚੜ੍ਹਨਾ ਪੈਂਦਾ ਅਤੇ ਇਸ ਵਜ੍ਹਾ ਤੋਂ ਸਾਹ ਚੜਿਆ ਖਲਾ। ਬਾਕੀ ਜੀ ਟੈਂਕੀ ਤੁਹਾਨੂੰ ਪਤਾ ਲੱਗ ਗਿਆ, ਅਲਹਮਦੁਲਿਲਾ ਉੱਤੇ ਖਲੋਤੇ ਹੋਇਆ ਨਜ਼ਾਰੇ ਕਾਫੀ ਬਿਹਤਰੀਨ ਆਉਂਦੇ ਨੇ ਔਰ ਵੇਖਣ ਨੂੰ ਕਾਫੀ ਮਾਹੌਲ ਜਿਹੜਾ ਹੈ ਨਾ ਉਹ ਕਾਫੀ ਅਰਸਾ ਤੱਕ ਇਸੇ ਤਰ੍ਹਾਂ ਗਰੀਨਰੀ ਗਰੀਨਰੀ ਜਿਹੜੀ ਹੈ ਨਾ ਸਾਨੂੰ ਨਜ਼ਰ ਆਏਗੀ ਕਿਉਂਕਿ ਇਹ ਵਾਲਾ ਏਰੀਆ ਵੀ ਹਾਲੇ ਤੀਕਰ ਕਾਫੀ ਅਰਸਾ ਤੱਕ ਜਿਹੜਾ ਨਾ ਕਾਸ਼ਤਕਾਰੀ 'ਚ ਰਹੇਗਾ, ਆਬਾਦੀ ਬਣੇਗੀ ਅਤੇ ਬਹੁਤ ਲੇਟ ਬਣੇਗੀ। ਔਰ ਇਹ ਅੱਗੇ ਵਾਲੀ ਵੀ ਜਗ੍ਹਾ ਜਿਹੜੀ ਹੈ ਨਾ ਕਾਫੀ ਜ਼ਿਆਦਾ ਸੱਟ ਤੱਕ ਮਤਲਬ ਇਹ ਵੀ ਰਹੇਗੀ ਇਸੇ ਤਰ੍ਹਾਂ, ਔਰ ਇਹ ਵੀ ਫਸਲਾਂ ਨਜ਼ਰ ਆਉਂਦੀਆਂ ਰਹਿਣਗੀਆਂ ਔਰ ਇਹ ਨਜ਼ਾਰਾ ਵੀ ਜਿਹੜਾ ਨਾ ਖੂਬਸੂਰਤ ਰਹੇਗਾ। ਬਾਕੀ ਰਹਿ ਗਿਆ ਜੀ ਇਹ ਟਾਊਨ, ਇਹ ਟਾਊਨ ਜਦੋਂ ਡਿਵੈਲਪਮੈਂਟ ਹੋ ਜਾਏਗਾ ਤਾਂ ਚਲੋ ਨਜ਼ਰ ਆਉਣ ਲੱਗ ਪੈਣਗੇ ਘਰ ਜਾਂ ਮਤਲਬ ਬਾਕੀ ਸੀ ਚੀਜ਼ਾਂ, ਲੇਕਿਨ ਇਹ ਇੱਧਰ ਵੀ ਗਰੀਨਰੀ ਸਾਰੀ ਇਹ ਵੀ ਤੁਹਾਨੂੰ ਨਜ਼ਰ ਆ ਰਹੀ ਹੈ, ਸਾਰਾ ਮਤਲਬ ਇਸ ਤਰ੍ਹਾਂ ਨਾ ਪਿਛਾਂ ਤੱਕ ਨਜ਼ਰ ਆ ਰਹੀਆਂ ਨੇ ਫਸਲਾਂ, ਔਰ ਇੱਧਰ ਵੀ ਸਾਰੀਆਂ ਫਸਲਾਂ ਨੇ, ਇੱਧਰ ਵੀ ਫਸਲਾਂ ਨੇ, ਇੱਧਰ ਵੀ ਸਾਰੀਆਂ ਫਸਲਾਂ ਨੇ ਮਾਸ਼ਾਅੱਲਾ। ਜਦੋਂ ਅਲਹਮਦੁਲਿਲਾ ਇਹ ਡਬਲ ਸਟੋਰੀ ਬਣੇਗਾ ਕਿਉਂਕਿ ਮੇਰੇ ਨਕਸ਼ੇ ਦੇ ਮੁਤਾਬਿਕ ਇਹ ਡਬਲ ਸਟੋਰੀ ਦਾ ਪਲਾਨ ਜਿਹੜਾ ਨਾ ਸਾਰਾ ਮੈਂ ਇੱਕੋ ਵਾਰੀ ਬਣਾਇਆ ਹੋਇਆ, ਅਤੇ ਜਦੋਂ ਇਹ ਉੱਤੇ ਜਾਏਗਾ ਨਾ ਤਾਂ ਉੱਤੇ ਖਲੋ ਕੇ ਫਿਰ ਮਜ਼ੀਦ ਨਜ਼ਾਰੇ ਜਿਹੜੇ ਨਾ ਉਹ ਹੋਰ ਵੀ ਅੱਛੇ ਨਜ਼ਰ ਆਉਣਗੇ ਇਨਸ਼ਾਅੱਲਾ। ਲੋਕੇਸ਼ਨ ਬਹੁਤ ਹੀ ਪਿਆਰੀ ਹੈ, ਘਰ ਦੀ ਅਵੇਲੇਬਿਲਟੀ ਵੀ ਸਾਰੀ ਹੈ ਇੱਥੇ, ਤਕਰੀਬਨ ਜੋ ਚੀਜ਼ ਚਾਹੀਦੀ ਹੋਵੇ ਨਾ ਸਾਨੂੰ ਇਸ ਜਗ੍ਹਾ ਤੋਂ ਮਿਲ ਜਾਂਦੀ ਹੈ, ਮਤਲਬ ਨਾਲ ਅੱਡਾ ਹੈ ਚੌਂਕ ਹੈ ਉੱਥੇ ਮਿਲ ਜਾਂਦੀ ਹੈ, ਉਸ ਤੋਂ ਅੱਗੇ ਇੱਕ ਸ਼ਹਿਰ ਹੈ ਨਾਲ ਹੀ ਤਕਰੀਬਨ 1 ਕਿਲੋਮੀਟਰ 'ਤੇ, ਉਸ ਸ਼ਹਿਰ 'ਚ ਵੀ ਸਭ ਕੁਛ ਮਿਲ ਜਾਂਦਾ, ਔਰ ਅਗਰ ਇੱਥੋਂ ਕੋਈ ਚੀਜ਼ ਨਾ ਮਿਲੇ ਤਾਂ ਤਕਰੀਬਨ 10 ਤੋਂ 12 ਮਿੰਟ ਦੀ ਮੁਸਾਫਤ 'ਤੇ ਉਕਾੜਾ ਜਿਹੜਾ ਨਾ ਜੀ ਸ਼ਹਿਰ ਮੈਨੂੰ ਪੈਂਦਾ, ਤਕਰੀਬਨ ਮੋਟਰਸਾਈਕਲ 'ਤੇ 12 ਮਿੰਟ ਲੱਗਦੇ ਨੇ ਅਤੇ ਉਕਾੜੇ ਬੰਦਾ ਪਹੁੰਚ ਜਾਂਦਾ, ਅਤੇ ਜਿਹੜੀ ਚੀਜ਼ ਇੱਥੋਂ ਨਾ ਮਿਲੇ ਉਹ ਫਿਰ ਮੈਂ ਉਕਾੜੇ ਜਾ ਕੇ ਲੈ ਲੈਂਦਾ, ਤਾਂ ਮਤਲਬ ਇਹਨਾਂ ਸਾਰੀਆਂ ਚੀਜ਼ਾਂ ਨੂੰ ਕੰਫਰਟੇਬਲ ਮੈਨੂੰ ਇਹ ਜਗ੍ਹਾ ਲੱਗੀ ਅਤੇ ਇਸ ਵਜ੍ਹਾ ਤੋਂ ਫਿਰ ਮੈਂ ਇਹ ਇੰਤਖਾਬ ਕੀਤਾ ਸੀ ਕਿ ਇੱਥੇ ਜਿਹੜਾ ਨਾ ਘਰ ਬਣਾਵਾਂਗਾ। ਪਿਛਲਾ ਜਿਹੜਾ ਮੇਰਾ ਗਾਓ ਹੈ, ਪਿੰਡ ਹੈ, ਉਹ ਅਗਰ ਰਸਤਾ ਸਾਫ਼ ਹੋਵੇ ਨਾ, ਇਸ ਟਾਈਮ ਰਸਤਾ ਟੁੱਟਾ ਭੱਜਾ, ਰਸਤਾ ਅਗਰ ਸਾਫ਼ ਹੋਵੇ ਤਾਂ ਤਕਰੀਬਨ ਉਹ ਵੀ 12 ਤੋਂ 13 ਮਿੰਟਾਂ ਦਾ ਜਿਹੜਾ ਨਾ ਰਸਤਾ, ਜਿੰਨਾ ਮੈਨੂੰ ਸ਼ਹਿਰ ਦੂਰ ਹੈ ਨਾ ਇੰਨਾ ਹੀ ਮੈਨੂੰ ਪਿਛਲਾ ਸਾਬਕਾ ਪਿੰਡ ਜਿਹੜਾ ਨਾ ਉਹ ਦੂਰ ਹੈ।
इको जहा इक्वल रस्ता है दोवे पासों। अगर इधर रस्ता खराब है तो मैंने तकरीबन 25-30 मिनट 40 मिनट लग जाते हैं घर पिंड पहुँचते हुए, और शहर का रस्ता साफ है तो इस वजह तो वो 10-12 मिनट सिर्फ लगते हैं बंदा शहर पहुँच जाता है। हिस्सा है जी मेरे घर का बैक, और यह बैक एरिया जोड़ा ना जी टाउन वाले ने यह बनाया हुआ है कमर्शियल एरिया, मतलब दुकाना उन्होंने बनाइया ने जिस तरह वो दुकाना बनिया खड़िया ने, और यह भी दुकाना ने, यह दो दुकाना का हिस्सा जोड़ा नाल अस्पताल वाले ने ले लिया, यह हिस्सा जोड़ा ना जी एक दुकान इतने पई हुई है, और यह दुकान का इरादा मेरा है कि मैं ये जोड़ा ना ले लव, लेकिन उदो ले सकना वा जो मैं पहले वाले पैसे जड़े ना उन्होंने दे लव सारे, उस तो बाद क्योंकि उस तो पहले तो मेरी उन्होंने गल भी नहीं हो सकती, वो कहेगा पहले वाले पैसे दे फिर अगे की गल करा, तो ये मेरा इरादा है कि मैं इंस्टालमेंटा तो ही लैनी है, इकट्ठे तो दे नहीं सकता क्योंकि एक दुकान जी है ना जी 14 लाख रुपए की कड़ा बंदा ले सकता है, इस वजह तू ये भी जड़ा ना कोई बंदा इंस्टालमेंटा कुछ एडवांस दे के बाकी इंस्टालमेंट जी है ना वो 2 साल 2.5 साल का टाइम जड़ा ना मिल सकता है मैं, वो फिर उन्ने टाइम तो लवागा ताकि ईजीली जरा ना पर मंथ के हिसाब न उन्होंने किस्त जी दी जावगा, और वो दुकान जी फिर जो 2.5 साल बाद 2 साल बाद पैसे पूरे हो जाएंगे उस टाइम जी वो अपने कब्जे से ले लवेंगे या फिर अपने नाम करवा लेंगे। उन्नी देर मेरा इरादा है कि जड़िया ए वाली दुकाना खलोती हैं ना ये डबल हैं, दो दुकाना ने कट्ठिया बनिया हुई बिच हाल बनया हुआ, इतने कोई कारोबार करन दा मेरा जरा ना कोई इरादा बनता पाया, मेरा इरादा बनता पाया कि कम इस तरह का हो जरा मेरे तो इलावा भी हो सके, क्योंकि मैं अगर सारी दिहाड़ी दुकान चलावा तो फिर मेरा चैनल वाला काम जरा डिस्टर्ब होता है, और अगर मैं उत्थे कोई ऐसा बंदा बिठावा कि जरा बंदा वो काम कर सके तो फिर मेरा जरा ना काम ईजीली चल सकता है, वो भी चल सकता है और चैनल वाला भी चल सकता है, तो मेरा इरादा है मैं उन्होंने दुकाना ना लैके कोई फास्ट फूडिंग वाला काम कर लवा, फास्ट फूडिंग वाला तुम्हें पता अजकल काफ़ी ज़्यादा जरा ना वो कारोबार चलता है जिंद बर्गर शुवारमा और उस तो इलावा बाकी सारी चीज़ा ने मतलब बोतल ड्रिंकिंग वगैरह और सारी चीज़ा जी आ जाए, और इरादा है वो एक अंदर हाल बने हुआ है, अगर फास्ट फूडिंग वाला बेहतरीन फैमिली टैप अगर उन्होंने बनवावा तो अंदर जरा ना पूरा हाल है कुर्सियां टेबल बंदा ला के ना बाहर बेहतरीन काउंटर बनता है क्योंकि काफ़ी जगह है बाहर अच्छा जहाँ खूबसूरत जहाँ ना बंदा फिर काम करे, और शाम के टाइम ए वाला जरा लॉन है ना ये बंदा जरा ना कुर्सियां ला के सफाई करवा के कुर्सियां शुर्सियां ला के ना जरा लाइटा शाइटा ला के माहौल बना दे ना तो बेस्ट बेहतरीन चीज़ जी है ना जी बन जानी, इरादा मेरा है वेखो हूँ की करना वाले तक सोच रहा वहाँ इस काम के बारे सब तो वड्डा रीजन जरा सी ना जी इतने घर बनाने का या ए लोकेशन नू जरा ना सिलेक्ट करन दा वो ये कि इतने इंटरनेट जिन्हिया भी कंपनियां ना साड़ियां इस टाइम जैज यूफोन टेलीनार जोंग सारिया के जड़े ना जी इंटरनेट बा कमाल इंटरनेट जरा ना जी इतने आता सर्विस बड़ी बेहतरीन है, मतलब 24 घंटे कोई ऐसा टाइम नहीं है बिजली होवे ना होवे सर्विस जी है ना जी वो बेहतरीन आती है, बाद मौसम खराब होवे कोई ऐसी वजह होवे कभी कभी महीने पिछू या 15 दिन बाद नैट खराब होवे तो होवे वरना कोई मसला नहीं होता, या फिर पूरे मुल्क खराब होवे तो फिर इतने भी खराब होना होता, अपलोड करने वास्ते ना छत पर नहीं आना पैंदा बाहर नहीं जाना पैंदा रोड पर नहीं जाना पैंदा, मैं घर के अंदर ही बह के सुकून नाल वीडियो जी ना अपलोड कर लैंदा, तो मतलब वीडियो मेरी जी ना वो बड़ी स्पीडली जी है वो अपलोड हो जाती है, बाकी अलहमदुल्ला इतने जरा ना मैं मिलाद शरीफ करवाया सी, एरिया काफ़ी खूबसूरत सी, रात का मेरा मिलाद सी ते बहुत ही बेहतरीन माहौल बन गया सी, और घर की पूरी वायरिंग जी है ना जी वो टोटली अंडरग्राउंड वायरिंग है, मतलब दीवारों के अंदर है वायरिंग टोटली आल है, पानी की भी गैस की भी और बिजली की भी, अगे हूँ दिक्कत जी इतने बैठी रही है बेगम उन्हें धोते ने सारे कपड़े जिन्हें भी थोड़ा दिसते पे, और हूँ नंबर आ गया जी मेरा हूँ इतने बह गया मैं, और मैं की धोन लगा वा वो तुम्हें दिखाना, मैं धोन लगा जी जुत्ती क्योंकि ये जुत्ती जी है ना मैं शादी से पा के जानी हाँ, और इन एक बार बिल्कुल इंजना न्यू कर दें सिर्फ इसमें मैं भिगो के रख दिता सी, काफ़ी देर हो गई इन बिजिया हुआ हूँ इन अच्छी तरह जरा साफ करने बुरश नाल और बेहतरीन चमका दें ताकि इंज लगे कि जिम्मे हूँ लैके आए ने दो सारे को शादियां ने सानू और एक आखदे पैने जुत्ती मेरी ते ये तुसी देखे
क्रिकेट बैट और बॉल जरा काफी दिन बाद मिले है। क्रिकेट मैं काफी खेडी है लेकिन अज जरा मुंडा जरा इंजॉयमेंट कर रहे पे बिलाल दा इस टाइम जरा जी नंबर है बैटिंग दा और उस तो बाद फिर बैटिंग दा नंबर है आमर दा और उस तो बाद फिर मेरा नंबर आएगा। मैं हुण बॉलिंग करदा पे बिलाल नू उस तो बाद बैटिंग आएगी आमर दी उन्हूं बॉलिंग करेगा बिलाल उस तो बाद फिर बैटिंग आएगी मेरी और मैनू बॉलिंग करेगा आमर। तो फिर इस तरह जरा हिसाब किताब चल रहा। जल्दी जल्दी छड़ दे काका। ओ टोटल ना जी ए वाली रीज़न सी इत्थे घर बनाने की। एक तो मेरे माइंड सैट के अंदर ये है सी कि इत्थे घर बनावांगा ना तो काफ़ी टाइम तो मैंने वैसे ही जरा ना अच्छा मिल जाएगा खुला डुला मतलब है ना टाउन के अंदर बिल्कुल तनहाई जी है ना वो मिल जाएगी क्योंकि काफ़ी टाइम बंदे के जेहन च भी चीज़ आती है कि बिल्कुल एक सैपरेट जहा एरिया हो जिथे जी है ना मैं रिहायश करा तो बिल्कुल भी एक तरह सैपरेट ही है क्योंकि हस्पताल मेरे तो बाद जरा ना वो चालू होया और इधर वजीर भाई जड़े ना वो पहले दे बैठे हुए हैं क्योंकि दूसरी गल जो उन्होंने टाउन कटिया से उदो ही उन्होंने सब तो पहला साइट ऑफिस बनाया तो उत्थे उन्होंने उन्हें रैश दी क्योंकि 24 घंटे उत्थे रहिंदा बीवी बच्चे उन्हें नाल ने पिछे घर बनया हुआ लेकिन यह भी जड़ा ना हाले इरादे करते फिरते हैं आने हाले आए कोई नहीं और यह कुछ दो घर नीह बनिया हुई ने भी नीह बना के जड़ा ना एक बार चले गए हैं दोबारा फिर जो आए पता नहीं कदों आएंगे जो बनाएंगे उदो फिर वेखी जाएगी। फिलहाल हाले तक जरा माहौल मेरे को काफ़ी खुला डुला है। यह ना जी टाउन का पार्क है उत्थे माशाल्लाह मस्जिद बननी है वो तो फिर हाले तक शुरू उन्होंने को नहीं करवाई लेकिन यह पार्क जरा ना वो कह रहे थे कन करीब इन जरा झूले शूले तो इन जरा ना वो रस्ते जड़े ना बनाने ने टैलों जोड़े वो बनते होंगे ना पार्कों के अंदर तो उस अलावा बहन वास्ते सीमटड जन कुर्सियाँ बेंच जड़े होंगे ने बने हुए वो वाले भी जड़े ना इतने लाने ने सोचता पे बंद इतने आके जरा ना रेसिपीज वगैरह बनावे कभी इस जगह पर कभी पिछले ब्लॉक से कभी किधर थोड़ा जहाँ लोकेशन चेंज करके जरा बेस्ट लगेगा मेरे हिसाब से क्योंकि यह ग्रास जरा ना हूँ यदा टाइम है इन्हें भी हूँ जरा ग्रो करना है तो इन्हें उत्तू जो एक बार कटाई होएगी ना तो पार्क जरा ना बिल्कुल एक बार साफ सुथरा हो जाए। ये भी पौधे जड़े ने भी हूँ निकलते पे ना तो बिल्कुल ग्रीन हो जाने हूँ तो सुके हुए ना पहले वाले जड़े ना सुक गए हुए हैं दोबारा ये उगन गए ना तो बिल्कुल ग्रीन हो जाएंगे और इधर फुल गुलाब भी लग्या होया है वो उत्थे भी गुलाब के लगे हुए हैं पौधे उधर भी लगे हुए हैं तो मतलब जो खिड़नगे ना और तकरीबन कोई 10-15 दिन बाद लोकेशन जी पिछे बैकग्राउंड बहुत ही प्यारा लगना है मेरे हिसाब से बेस्ट रहेगा एरिया तुम्हें भी जरूर दसना है और बाकी सारे को काफ़ी सारा एरिया है बाहर भी टाउन तो बहर भी असं जा सकते हैं काफ़ी सारा एरिया है और काफ़ी सारे प्लेसिज हैं जिथे असं मतलब है ना कर सकते हैं डिफरेंट डिफरेंट लोकेशन और डिफरेंट स्टाइल और डिफरेंट डिशा नाल। सर काफ़ी सारे सवाल साढ़े भैन भाई करते कि तुम इस टाउन च क्यों घर बनाया है आखिरी की रीज़न है काफ़ी सारे रीज़न तो मैं पिछले समझा चुके हाँ वाला सवाल जरा यह आ कि बई तुम सब तो पहला घर बनाया आया थानू टाउन वाले की कोई ऑफर हुई है या तुसी किस रीज़न से इतने घर बनाया ऑफर टाउन वाले पेमेंट अलू तो कोई ऑफर नहीं है या रियायत कोई नहीं है या लैस वैस कुछ भी नहीं किया उन्होंने जेड़ा उन्होंने रेट आना उस रेट के मुताबिक जमीन दी सिर्फ ऑफर मैंने ये हुई सी कि मैं उन्होंने आख्या कि मैं तैयार करके घर तो मैं रिहायश करनी है तो उन्हें कहा कि असी फुल पेमेंट तो बगैर नहीं करते मैं कहा मेरा पहला घर है और यदा थानू ही फायदा है अगर मैं इतने आकर रिहायश करना तो बाकी लोग जड़े ना वो इस चीज़ तो इंस्पायर होंगे और वह भी आके रिहायश करने की कोशिश करेंगे और जल्दी घर बनाने की कोशिश करेंगे क्योंकि हमेशा होंगे इस तरह ही है कि एक टाउन के अगर एक दो घर बन जाते हैं ना तो फिर जाना कंफर्टेबल समझते हैं बाकी घर बनाने वाले तो पहले घर की थोड़ी जी टेंशन होंगी तो मैं उन्होंने आख्या कि तुम मैं फुल पेमेंट तो बगैर बना दो मैं थोड़ा फुल पेमेंट नहीं करता मेरे को जे थोड़ा पेमेंट दे के बाकी जो मेरे को थोड़े जे बकाया ना वो मैं उत्ते ला के घर बना लैंना तो मैं आके रिहायश कर लवाना बाकी थोड़ा पेमेंट जी ना मैं बाद करके दे देंगा तो बस ये ऑफर उन्होंने मैंने दी है या ये गल उन्होंने मेरी मान ली इस वजह तू मैं घर बना के ते फुल पेमेंट किए बगैर जरा घर तैयार करके रिहायश कर ली वरना कलोनी वाले या टाउन वाले का
ਇਹ ਕਾਨੂੰਨ ਹੁੰਦਾ ਹੈ ਕਿ ਫੁੱਲ ਪੇਮੈਂਟ ਤੋਂ ਬਗੈਰ ਬੁਨਿਆਦਾਂ ਤੋਂ ਉੱਤੇ ਜਿਹੜੀ ਹੈ ਨਾ ਉਹ ਬਿਲਡਿੰਗ ਨਹੀਂ ਬਣਾਉਣ ਦਿੰਦੇ। ਬਾਕੀ ਇਸ ਵਾਰੀ ਜੀ ਸਬਜ਼ੀ ਜਿਹੜੀ ਹੈ ਨਾ ਉਹ ਵਜ਼ੀਰ ਭਾਈ ਨੇ ਕੋਈ ਨਹੀਂ ਬੀਜੀ, ਉਹਨੇ ਸਿਰਫ ਔਰ ਸਿਰਫ ਪਿਆਜ਼ ਬੀਜੇ ਨੇ ਅਤੇ ਹਰੀਆਂ ਮਿਰਚਾਂ ਜਿਹੜੀਆਂ ਨਾ ਉਹ ਬੀਜੀਆਂ ਨੇ। ਅਤੇ ਇਸ ਵਾਰੀ ਜਿਹੜਾ ਨਾ ਜੀ ਸਬਜ਼ੀ ਖਾਣ ਨੂੰ ਕੋਈ ਨਹੀਂ ਲੱਭਣੀ ਸਾਨੂੰ, ਔਰ ਅਸੀਂ ਸਾਰੀ ਜਿਹੜੀ ਹੈ ਨਾ ਬਾਹਰੋਂ ਹੀ ਮੁੱਲ ਲੈਣੀ। ਕਾਫੀ ਬੈਨੀਫਿਟ ਹਾਂ ਇੱਥੋਂ, ਔਰ ਇਜਾਜ਼ਤ ਵੀ ਆ ਟਾਊਨ ਵਾਲੇ ਨੂੰ, ਕਿਉਂਕਿ ਟਾਊਨ ਵਾਲੇ ਦਾ ਖਰਚਾ ਹੁੰਦਾ, ਜਿੰਨਾ ਟਾਊਨ ਦਾ ਓਨਰ ਹੈ ਨਾ ਇਹ ਸਾਰਾ ਖਰਚਾ ਉਹਦਾ। ਅਤੇ ਉਦੋਂ ਵੀ ਆਰਡਰ ਆਇਆ ਸੀ ਵੀ ਠੀਕ ਹੈ ਜਿਹੜੇ ਰਿਹਾਇਸ਼ ਕੀਤੇ ਹੋਣੇ ਇੱਕ ਦੋ ਘਰ, ਉਹਨਾਂ ਨੂੰ ਤੁਸੀਂ ਜਿਹੜੀ ਨਾ ਧਨੀਆ ਪਾਲਕ ਜਾਂ ਜਿਹੜੀ ਜਿਹੜੀ ਚੀਜ਼ ਇਸ ਤੋਂ ਬੀਜੀ ਹੋਈ ਸੀ ਨਾ ਉਹ ਤੁਸੀਂ ਉਹਨਾਂ ਨੂੰ ਦਿਓ ਔਰ ਉਹ ਖਾਣ। ਉਹ ਵੀ ਲੈ ਕੇ ਜਾਂਦੇ ਸੀ ਔਰ ਇੱਥੇ ਵੀ ਖਾਂਦੇ ਸੀ, ਵੇਚਦੇ ਹੈ ਕੋਈ ਨਹੀਂ ਸੀ ਨਾ, ਕੋਈ ਵੀ ਚੀਜ਼ ਜਿਹੜੀ ਹੈ ਨਾ ਉਹ ਸੇਲ ਆਊਟ ਨਹੀਂ ਸੀ ਹੁੰਦੀ, ਸਿਰਫ ਖਾਣ ਵਾਸਤੇ ਬੀਜੀ ਜਾਂਦੀ। ਬਾਹਰ ਕ੍ਰਿਕਟ ਖੇਡਦੇ ਰਹੇ ਹਾਂ ਜੀ ਔਰ ਤਕਰੀਬਨ ਜਿਹੜਾ ਨਾ ਪਸੀਨਾ ਵੀ ਆ ਗਿਆ ਔਰ ਸਾਹ ਵੀ ਜਿਹੜਾ ਨਾ ਉਹ ਵੀ ਜਾਣ ਗਿਆ, ਕਿਉਂਕਿ ਕਾਫੀ ਦੇਰ ਹੋ ਗਈ ਨਾ ਖੇਡੇ ਨਹੀਂ। ਅਤੇ ਹੁਣ ਆ ਗਿਆ ਜੀ ਘਰ ਔਰ ਬੇਗਮ ਸਾਹਿਬਾ ਜਿਹੜੀ ਹੈ ਨਾ ਜੀ ਉਹ ਗੁੰਨ ਰਹੀ ਹੈ ਆਟਾ, ਔਰ ਫੈਜ਼ਾ ਜਿਹੜੀ ਹੈ ਨਾ ਜੀ ਉਹ ਆਟਾ ਮੰਗਦੀ ਪਈ ਉਹਦੇ ਕੋਲੋਂ। ਫੈਜ਼ਾ ਜਦੋਂ ਵੀ ਆਟਾ ਗੁੰਨਦੀ ਹੈ ਨਾ ਬੇਗਮ ਉਦੋਂ ਆ ਜਾਂਦੀ ਕੋਲ ਕਿ ਮੈਨੂੰ ਆਟਾ ਦੇ। ਹਾਂ ਕਿਆ ਲੈਣਾ ਹੈ? ਆਟਾ ਆਗ ਮਚਾਓ। ਅੱਛਾ ਆਗ ਜਲਾਊ, ਆਗ ਜਲਾਊ। ਅੱਛਾ ਰੋਟੀਆਂ ਬਣਾਉਣੀਆਂ ਨਾ ਆਟੇ ਦੀਆਂ। ਹਾਂ ਫੈਜ਼ਾ ਰੋਟੀ ਕੈਸੇ ਬਣਤੀ ਹੈ, ਰੋਟੀ ਕੈਸੇ ਬਣਤੀ ਹੈ? उसके पास आटा ही नहीं है तो कैसे बताए? नहीं ऐसा भी गिरे गई। अच्छा ऐसा ऐसा आ जाती है, अभी आ जाती है। किधर गई हो भाई? किधर गया भाई? किधर है वो? अंदर है, उसको पता है वो तो अंदर है। खाना पानी पकाने तो बाद ना जी शादी की तैयारियां दी जड़ी है ना काम शुरू हो जाना है, क्योंकि शादी से भी जाना है। कल असि जड़ी है ना मजीद कुछ शॉपिंग वगैरह करनी है, ਕੁਛ ਬੱਚਿਆਂ ਦੇ ਕੱਪੜੇ ਰਹਿ ਗਏ ਹਨ, ਸ਼ੋਪਿੰਗ ਨਹੀਂ ਕਰ ਸਕੇ ਹੈ, ਅਤੇ ਕੱਲ੍ਹ ਜਿਹੜੀ ਉਹਨਾਂ ਦੀ ਸ਼ੋਪਿੰਗ ਕਰਾਂਗੇ। ਅੱਜ ਰਾਤ ਦੀ ਤਿਆਰੀ ਜਿਹੜੀ ਨਾ ਸਾਰੀ ਸ਼ੁਰੂ ਹੋ ਜਾਣੀ, ਕੱਪੜੇ ਵਗੈਰਾ ਪ੍ਰੈਸ ਕਰਨੇ ਨੇ, ਔਰ ਜਿਹੜੇ ਅੱਜ ਬੇਗਮ ਨੇ ਸਾਰੇ ਧੋਤੇ ਵੀ ਹਨ ਕੱਪੜੇ, ਔਰ ਕਾਫੀ ਸਾਰੇ ਕੱਪੜੇ ਜਿਹੜੇ ਨਾ ਉਤਾਰ ਲਏ ਨੇ। ਰਾਤ ਨੂੰ ਕੁਛ ਕੱਪੜੇ ਜਿਹੜੇ ਨਾ ਉਹ ਪ੍ਰੈਸ ਕਰਾਂਗੇ, ਔਰ ਮਜ਼ੀਦ ਜਿਹੜੀਆਂ ਚੀਜ਼ਾਂ ਨਾ ਉਹ ਥੋੜ੍ਹੀਆਂ ਜਿਹੀਆਂ ਸਮੇਟਾ ਸਮੋਟਾਂਗੇ, ਔਰ ਕੱਲ੍ਹ ਸ਼ੋਪਿੰਗ ਕਰਾਂਗੇ, ਔਰ ਉਸ ਤੋਂ ਬਾਅਦ ਫਿਰ ਸ਼ਾਦੀ ਜਿਹੜੀ ਹੈ ਨਾ ਉਹ ਵੀ ਤੁਹਾਨੂੰ ਇਨਸ਼ਾਅੱਲਾ ਕੱਲ੍ਹ ਦੇ ਵਲੌਗ 'ਚ ਪਤਾ ਚੱਲ ਜਾਏਗਾ ਕਿ ਕਿਹੜੇ ਦਿਨ ਸ਼ਾਦੀ ਆ, ਵਲੀਮਾ ਕਦੋਂ, ਅਬਰਾਤ ਕਦੋਂ, ਮਹਿੰਦੀ ਕਦੋਂ, ਔਰ ਇਨਸ਼ਾਅੱਲਾ ਕੋਸ਼ਿਸ਼ ਕਰਾਂਗਾ ਕਿਉਂਕਿ ਫੈਮਲੀ ਸਾਰੀ ਹੋਣੀ ਹੈ ਉੱਥੇ, ਲੇਕਿਨ ਕੋਸ਼ਿਸ਼ ਕਰਾਂਗਾ ਕਿ ਕਿਹੜੀ ਕਿਹੜੀ ਚੀਜ਼ ਜਿਹੜੀ ਹੈ ਨਾ ਉਹ ਮੈਂ ਤੁਹਾਨੂੰ ਵਿਖਾ ਸਕਾਂ, ਔਰ ਸ਼ਾਦੀ ਦੇ ਸਾਰੇ ਫੰਕਸ਼ਨ ਜਿਹੜੇ ਹੈ ਨਾ ਉਹ ਇਨਸ਼ਾਅੱਲਾ ਤੁਹਾਨੂੰ ਮੈਂ ਵਿਖਾਵਾਂਗਾ। ਅਤੇ ਮਜ਼ਾ ਆਏਗਾ ਵਿਲੇਜ 'ਚ ਕਿਸ ਤਰ੍ਹਾਂ ਸ਼ਾਦੀ ਜਿਹੜੀ ਹੈ ਨਾ ਉਹ ਕੀਤੀ ਜਾਂਦੀ ਹੈ, ਔਰ ਕੀ ਰਸਮ ਔਰ ਰਿਵਾਜ਼ ਹਨ, ਉਹ ਸਾਰੇ ਇਨਸ਼ਾਅੱਲਾ ਆਪਣੇ ਭੈਣਾਂ ਭਾਈਆਂ ਨਾਲ ਨਾ ਸ਼ੇਅਰ ਕਰਾਂਗਾ। ਬੇਗਮ ਸਾਹਿਬਾ ਜੀ ਰੋਟੀਆਂ ਪਕਾਈ ਜਾਂਦੀ ਹੈ, ਔਰ ਮੈਂ ਇੱਥੇ ਬੈਠਾ ਜਿਹੜਾ ਨਾ ਜੀ ਵੀਡੀਓ ਐਡਿਟ ਕੀਤੀ ਹੈ, ਵਲੌਗ ਵਾਲੀ ਜਾਰੀ ਹੈ। ਅਸੀਂ ਸਾਰੀ ਰੂਟੀਨ ਜਿਹੜੀ ਹੈ ਨਾ ਤੁਹਾਡੇ ਨਾਲ ਸ਼ੇਅਰ ਕਰਨੀ ਹੈ, ਤਿਆਰੀਆਂ ਕਿਸ ਤਰ੍ਹਾਂ ਅਸੀਂ ਕਰਨੇ ਹਾਂ ਸ਼ੋਪਿੰਗ 'ਤੇ ਜਾਂ ਸੋਰੀ ਸ਼ਾਦੀ 'ਤੇ ਜਾਣ ਵਾਸਤੇ, ਔਰ ਕਿਹੜੀ ਕਿਹੜੀ ਚੀਜ਼ਾਂ ਜਿਹੜੀਆਂ ਨਾ ਜੀ ਅਸੀਂ ਨਾਲ ਲੈ ਕੇ ਜਾਂਦੇ ਹਾਂ, ਉਹ ਵੀ ਤੁਹਾਨੂੰ ਇਨਸ਼ਾਅੱਲਾ ਸਾਰੇ ਵਲੌਗ ਦੇ ਅੰਦਰ ਜਿਹੜੀ ਹੈ ਨਾ ਇਨਫੋਰਮੇਸ਼ਨ ਮਿਲੇਗੀ। ਇਸ ਵਲੌਗ ਤੋਂ ਜਿਹੜੀ ਹੈ ਨਾ ਜੀ ਤੁਹਾਡੇ ਕੋਲ ਲੈਣੇ ਇਜਾਜ਼ਤ, ਅਦਰ ਸਹਿਣ ਤੋਂ ਪੂਰੀ ਫੈਮਿਲੀ ਤੋਂ ਇਜਾਜ਼ਤ, ਆਪਣਾ ਬਹੁਤ ਸਾਰਾ ਖਿਆਲ ਰੱਖਣਾ ਹੈ, ਦੁਆਵਾਂ ਯਾਦ ਰੱਖਣਾ ਹੈ, ਪੰਡਾ ਬਨ ਬਨ ਪਿਆਰ, ਅੱਲਾ ਹਾਫਿਜ਼।